प्यारे दर्शकों ਤੁਹਾਡਾ ਗੁਣ ਪੰਜਾਬਨਾਮਾ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਡਾਕਟਰ ਪਿਆਰਾ ਲਾਲ ਗਰਗ ਨੇ, ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰ ਹਨ ਅਤੇ ਉਹਨਾਂ ਦੇ ਸਮਾਜਿਕ ਵਿਸ਼ਿਆਂ ਦੇ ਉੱਪਰ ਬਹੁਤ ਅੱਛੀ ਪਕੜ ਹੈ ਅਤੇ ਉਹਨਾਂ ਨਾਲ ਅਸੀਂ ਬਹੁਤ ਚਰਚਿਤ ਮਾਮਲੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਰੋਲ ਦੇਣ ਅਤੇ ਵਿਦਾਂਤਾ ਹਸਪਤਾਲ ਵਿੱਚ ਭੇਜਣ ਦੇ ਪਿੱਛੇ ਕੀ ਮੰਤਵ ਹੈ ਉਹਦੇ ਬਾਰੇ ਗੱਲ ਕਰਾਂਗੇ। ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ ਵੀ ਜਿਹੜਾ ਤੀਜੀ ਵਾਰੀ ਪਰੋਲ ਦਿੱਤੀ ਗਈ ਹੈ ਡੇਰਾ ਮੁਖੀ ਨੂੰ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਹਦਾ ਹੁਣ ਕਰੋਨਾ ਟੈਸਟ ਤਾਂ ਨੈਗੇਟਿਵ ਆ ਗਿਆ। ਹਾਂਜੀ, ਇਹ ਤੀਜੀ ਵਾਰੀ ਨਹੀਂ ਬਲਕਿ ਚੌਥੀ ਵਾਰੀ ਦਿੱਤੀ ਗਈ ਹੈ। ਇੱਕ ਵਾਰੀ ਪਹਿਲਾਂ ਉਹਦੀ ਮਾਂ ਵਾਸਤੇ ਭੇਜਿਆ ਗਿਆ ਸੀ ਉਸਨੂੰ। ਹਾਂਜੀ, ਇਹ ਜਿਹੜੀ ਵਾਰ ਵਾਰ ਪਰੋਲ ਦਿੱਤੀ ਜਾ ਰਹੀ ਹੈ, ਉਹ ਪਰੋਲ ਇਸ ਤਰ੍ਹਾਂ ਦਿੱਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਕੋਈ ਖਿਚੜੀ ਪੱਕ ਰਹੀ ਹੈ ਅੰਦਰੋਂ। ਜਿਹੜੀ ਪੰਜਾਬ 'ਚ ਪਿੱਛੇ ਸਾਂਪਲਾ ਜੀ ਵੀ ਗਏ ਨੇ, ਦਲਿਤਾਂ ਦਾ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਬਣਾਉਣਾ, ਕਿਉਂਕਿ ਜਿਹੜਾ ਬਾਬਾ ਰਾਮ ਰਹੀਮ ਹੈ ਉਹਦਾ ਦਲਿਤਾਂ ਦੇ ਵਿੱਚ ਕਾਫੀ ਪ੍ਰਭਾਵ ਹੈਗਾ ਮਾਲਵੇ 'ਚ, ਅਤੇ ਮਾਲਵੇ 'ਚ ਇਹਨਾਂ ਦੀਆਂ ਜਥੇਬੰਦੀਆਂ ਐਕਟਿਵ ਨੇ ਅਤੇ ਉਹ ਇਸ ਕੋਸ਼ਿਸ਼ 'ਚ ਨੇ ਕਿ ਜਿਹੜੀ 35% ਵੋਟ ਦਲਿਤਾਂ ਦੀ ਹੈ ਉਹ ਜੇ ਕਿਸੇ ਸਾਡੇ ਪਾਸੇ ਝੋਲੀ 'ਚ ਗਿਰ ਜੇ, ਉਹਦੇ 'ਚ ਬਾਬਾ ਰਾਮ ਰਹੀਮ ਕਾਫੀ ਵੋਟ ਨੂੰ ਇਨਫਲੂਐਂਸ ਕਰਦਾ ਅਤੇ ਉਹਦੇ ਸਾਰਾ ਕੁਛ ਹੋਣ ਦੇ ਬਾਵਜੂਦ ਉਹਦੇ ਵੋਟਰ ਜਿਹੜੇ ਉਹਦੇ ਪੈਰੋਕਾਰ ਨੇ ਉਹਨਾਂ ਦੀ ਗਿਣਤੀ ਉਸ ਤਰੀਕੇ ਨਾਲ ਘਟੀ ਨਹੀਂ ਹੈ, ਉਹ ਬਲਕਿ ਪੱਕੇ ਨੇ ਵੀ ਨਹੀਂ ਨਹੀਂ ਬਾਬੇ ਨੇ ਕੁਛ ਨਹੀਂ ਕਰਿਆ ਅਤੇ ਇਹ ਹੈ। ਸੋ ਇਸ ਕਰਕੇ ਬੀਜੇਪੀ ਇਸ ਗੱਲ ਦੇ ਵਿੱਚ ਮਤਲਬ ਦਾ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਸਾਰੀਆਂ ਬਾਕੀ ਬਹਾਨੇਬਾਜ਼ੀਆਂ ਨੇ ਪਰਦੇ ਪਿੱਛੇ ਇਹੀ ਹੈ ਕਿ ਉਹਦੇ ਨਾਲ ਕੋਈ ਗੱਲ ਕਰਨੀ ਹੁੰਦੀ ਹੈ, ਉਨੀ ਕੁ ਗੱਲ ਜਿੰਨੀ ਹੋ ਜਾਂਦੀ ਹੈ ਉਦੋਂ ਬਾਅਦ ਫਿਰ ਦੁਬਾਰਾ ਫਿਰ ਕਰ ਲੈਣਗੇ। ਅਤੇ ਇਹ ਹੈ, ਇਹ ਪਰੋਲ ਨਹੀਂ ਅਸਲ 'ਚ, ਇਹ ਜੇ ਰੂਲ ਨੇ ਉਹਦੇ ਮੁਤਾਬਕ ਇਹ ਹੈ ਵੀ ਜੇ ਕੋਈ ਬੰਦਾ ਬਿਮਾਰ ਹੋਵੇ ਮੈਡੀਕਲ ਅਫਸਰ ਹਸਪਤਾਲ ਨੂੰ ਰੈਫਰ ਕਰ ਸਕਦਾ, ਡਿਸਟ੍ਰਿਕਟ ਹਸਪਤਾਲ ਆਪਦੀ ਮਰਜ਼ੀ ਨਾਲ ਅੱਗੇ ਜਿਹੜੇ ਜੇ ਉਹਨੂੰ ਲੱਗੇ ਵੀ ਅੱਗੇ ਭੇਜਣ ਦੀ ਲੋੜ ਹੈ ਉਹ ਭੇਜ ਸਕਦਾ। ਪਰ ਡਾਕਟਰ ਸਾਹਿਬ, ਇਹਨਾਂ ਨੂੰ PGI 'ਚ ਦਾਖਲ ਕਰਾਇਆ ਗਿਆ ਸੀਗਾ ਅਤੇ PGI ਰੋਹਤਕ ਦੇ ਵਿੱਚ, ਰੋਹਤਕ ਤੋਂ ਦੂਜੇ ਪਾਸੇ ਭੇਜਣਾ ਕਿੰਨਾ ਕੁ ਜਸਟੀਫਾਈਡ ਆ? ਹੋਰ ਕਿੰਨੇ ਕੁ ਜਿਹੜੇ ਮਰੀਜ਼ ਹੈ ਜਿਹੜੇ ਕਰੋਨਾ ਪੋਜ਼ਿਟਿਵ ਸੀ ਉਹਨਾਂ ਨੂੰ ਵਿਦਾਂਤਾ ਭੇਜਿਆ ਗਿਆ? ਦੇਖੋ, ਇਸ ਤਰ੍ਹਾਂ ਨਹੀਂ ਹੈ, ਮੈਂ ਇਹਨੂੰ ਜਸਟੀਫਾਈਡ ਨਹੀਂ ਕਹਿੰਦਾ। ਹਾਂਜੀ, ਬਿਲਕੁਲ ਹੀ ਦਾ PGI ਹੈ, ਮੈਂ ਸੱਚ ਵੀ ਜਾਣਾ, ਉਹਨੇ ਕਿਹਾ ਜੀ ਮੇਰੇ ਪੇਟ 'ਚ ਦਰਦ ਆਇਆ, ਕਹਿੰਦੇ ਜੀ ਅਸੀਂ CT ਕਰ ਲਿਆ, ਇਹਦੇ 'ਚੋਂ ਕੁਛ ਨਿਕਲਿਆ, ਹੁਣ ਪੈਟ ਸਕੈਨ ਦੀ ਲੋੜ ਹੈ, ਜੇ ਜਿਹੜਾ ਪੈਟ ਸਕੈਨ ਦੀ ਲੋੜ ਹੈ ਅਤੇ ਪੈਟ ਸਕੈਨ PGI ਸੋ ਉਹਦੇ ਪੈਟ ਸਕੈਨ ਵਾਸਤੇ ਉਹ ਕਹਿੰਦੇ ਅਸੀਂ ਉੱਥੇ ਭੇਜਿਆ ਜਿਸ ਵੱਟ ਦੇ ਸੀ, ਅਤੇ ਉਹਨਾਂ ਦਾ ਡਾਕਟਰਸ ਨੂੰ ਰਾਈਟ ਵੀ ਹੁੰਦਾ, ਅਤੇ ਜੇ ਅਸੀਂ ਉਹਦੀ ਉਮਰ ਦੇਖੀਏ ਅਤੇ ਸਾਰਾ ਕੁਛ ਦੇਖੀਏ ਤਾਂ ਕਦੇ ਕੋਈ ਕੰਪਨੀ ਡਾਕਟਰੀ 'ਚ ਤੁਸੀਂ ਕੋਈ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ, ਉਹਦੇ 'ਚ ਦੋਨੇ ਪਾਸੇ ਹੋ ਸਕਦੇ ਨੇ, ਜੱਜਮੈਂਟ ਗਲਤ ਵੀ ਹੋ ਸਕਦੀ ਹੈ, ਮਾੜੀ ਮਨਮਰਜ਼ੀ ਨਾਲ ਵੀ ਕਰੀ ਜਾ ਸਕਦੀ ਹੈ, ਕਿਉਂਕਿ ਜੇ ਇਹਨਾਂ ਦੀ ਇੱਕ ਪ੍ਰਿੰਸੀਪਲ ਗੌਰਮੈਂਟ ਮੈਡੀਕਲ ਕਾਲਜ ਕੌਣ ਵਧੀਆ ਇਹ ਕਹਿ ਸਕਦੀ ਹੈ ਵੀ ਦੂਜੇ ਜਿਹੜੇ ਧਰਮ ਦੇ ਲੋਕ ਨੇ ਮਨੋਰਟੀ ਵਾਲੇ ਮੁਸਲਮਾਨ ਇਹਨਾਂ ਦੇ ਉੱਤੇ ਪੈਸਾ ਖਰਚਣ ਦੀ ਬਜਾਏ ਤਾਂ ਮਾਰ ਹੀ ਦੇਣਾ ਚਾਹੀਦਾ ਹੈ, ਅਤੇ ਫਿਰ ਮਤਲਬ ਇਹਨਾਂ ਦਾ ਖਾਤਮਾ ਹੀ ਹੋਣਾ ਚਾਹੀਦਾ ਹੈ, ਫਿਰ ਕਿਸੇ ਤੋਂ ਕੁਛ ਵੀ ਕਰਾਇਆ ਜਾ ਸਕਦਾ। ਮੈਂ ਇਹਨਾਂ ਦੇ ਡਾਕਟਰਾਂ ਦਾ ਹਾਲ ਦੇਖਿਆ ਵੀ ਹੈ ਕੁਛ ਦਾ, ਸੋ ਸਾਰੇ ਨਹੀਂ ਹੁੰਦੇ, ਚਾਹੇ ਉਹ ਕਿਸੇ ਨਾਲ ਵੀ ਜਿਹੜੇ ਹੁਣ ਡਾਕਟਰ ਅਤੇ ਡਾਕਟਰੀ ਵੀ ਕਰਦੇ ਨੇ, ਪਰ ਕੁਛ ਬੰਦੇ ਆਪਣੀ ਵਿੱਚੋਂ ਕਿੱਤੇ ਨੂੰ ਛੱਡ ਕੇ ਉਹ ਕਿੱਤੇ ਦਾ ਬਿੱਲਾ ਲਾ ਕੇ ਵੀ ਇਨਸਾਨ ਨਹੀਂ ਰਹਿੰਦੇ, ਉਹ ਕਿਤੇ ਨਾ ਕਿਤੇ ਹਰ ਇੱਕ ਪਾਸੇ ਕੋਈ ਬਿਜ਼ਨਸ ਤਾਂ ਹੁੰਦਾ ਨਹੀਂ। ਸੋ ਇਸ ਕਰਕੇ ਦੂਜਾ ਪ੍ਰੈਸ਼ਰਸ ਵੀ ਹੁੰਦੇ ਨੇ, ਜੇ ਪ੍ਰੈਸ਼ਰਸ ਜਿਹੜੇ ਗੋਗੋਈ ਸਾਹਿਬ ਸੀ ਉਹਨਾਂ 'ਤੇ ਆ ਗਿਆ ਸੀ ਅਤੇ ਉਹਨਾਂ ਨੇ ਇੱਕ ਇਹੋ ਜਿਹਾ ਫੈਸਲਾ ਦਿੱਤਾ ਇਹ ਕਹਿ ਕੇ ਕਿ ਵੀ ਹਜੇ ਤਾਂ ਇਹ ਮਤਲਬ ਹੱਕ ਤਾਂ ਪ੍ਰੂਵ ਹੁੰਦਾ ਨਹੀਂ ਪਰ ਆਸਥਾ 'ਤੇ ਫੈਸਲਾ ਦਿੱਤਾ, ਅਤੇ ਫਿਰ ਜੇ ਚੀਫ ਜਸਟਿਸ ਆਫ ਇੰਡੀਆ ਪ੍ਰੈਸ਼ਰਾਈਜ਼ ਹੋ ਸਕਦਾ ਹੈ ਤਾਂ ਡਾਕਟਰ ਵਿਚਾਰੇ ਕਿਹਦੇ ਵਿਚਾਰੇ ਨੇ। ਸੋ ਇਹ ਪ੍ਰੈਸ਼ਰਾਈਜ਼ ਹੋ ਕੇ ਇਹ ਕਿਵੇਂ ਵੀ ਹੋ ਕੇ ਇਹੋ ਜਿਹੇ ਫੈਸਲੇ ਹੋ ਜਾਂਦੇ ਨੇ, ਬਹਾਨਾ ਕਰੋਨਾ ਦਾ ਲਾਇਆ, ਕਰੋਨਾ 'ਚ ਤਾਂ ਟੈਸਟ ਉਹ PGI-MS 'ਚ ਹੋ ਜਾਣਾ ਸੀ ਵੀ ਹੁਣ ਜੀ ਮੈਦਾਨਤਾ ਭੇਜਿਆ ਜੀ ਉਹਦਾ ਕੁਛ, ਉਹ ਐਕਚੁਲੀ ਜਿਹੜੀ ਟੋਟਲ ਕਹਾਣੀ ਦੱਸੀ ਗਈ ਆ ਉਹ ਇਹ ਨਹੀਂ ਦੱਸੀ ਗਈ ਵੀ ਕਰੋਨਾ ਕਰਕੇ ਭੇਜਿਆ, ਰੌਲਾ ਪ੍ਰੈਸ 'ਚ ਹੀ ਪਿਆ, ਮੀਡੀਆ 'ਚ ਹੀ ਪਿਆ ਵੀ ਕਰੋਨਾ ਕਰਕੇ ਉੱਥੇ ਭੇਜਿਆ, ਉਹਨੂੰ ਕਿਹਾ ਗਿਆ ਕਿ ਉਹਦੇ ਪੇਟ 'ਚ ਬਹੁਤ ਸੀਰੀਅਸ ਦਹੀ ਹੈ ਅਤੇ ਉਹਦਾ ਅਸੀਂ CT ਸਕੈਨ ਕਰਿਆ, ਸਾਨੂੰ ਉਹਦੇ 'ਚ ਹੋਰ ਟੈਸਟਾਂ ਦੀ ਲੋੜ ਸੀ ਜਿਹੜਾ ਕਿ ਪੈਟ ਸਕੈਨ ਨਾਲ ਹੀ ਪਤਾ ਲੱਗਣਾ ਸੀ। ਔਰ ਇਹ ਮੈਂ ਡਾਕਟਰੀ ਤੌਰ 'ਤੇ ਕਹਿ ਸਕਦਾ ਵੀ ਕਈ ਵਾਰੀ ਮੈਨੂੰ ਨਹੀਂ ਪਤਾ ਉੱਥੇ ਸਿਚੁਏਸ਼ਨ ਕੀ ਆ, ਕਿਉਂਕਿ ਆਪਾਂ ਕਿਹੜਾ ਦੇਖਿਆ ਉਹਨਾਂ ਦਾ CT ਸਕੈਨ ਕੀ ਹੈ, ਕਈ ਵਾਰੀ ਐਸਾ ਹੁੰਦਾ ਹੈ ਕਿ ਸਾਨੂੰ ਇੱਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਯਾਰ ਇਹਦੇ ਨਾਲ ਤਾਂ ਪਤਾ ਨਹੀਂ ਲੱਗਦਾ, ਹੁਣ ਅੱਗੇ ਜਾਈਏ, ਅਸੀਂ ਹਮੇਸ਼ਾ ਸਵਾਲ ਵੀ ਪੁੱਛਦੇ ਹਾਂ ਪੜ੍ਹਾਉਂਦੇ ਹੋਏ ਜਦ ਇਮਤਿਹਾਨ ਦਿੰਦੇ ਹਾਂ ਵੀ ਜੇ ਟੈਸਟ ਕਰਾਉਂਗੇ ਫਾਇਦਾ ਕੀ ਹੋਊਗਾ ਮਰੀਜ਼ ਦੇ ਡਾਇਗਨੋਸਿਸ 'ਚ। ਸੋ ਡਾਇਗਨੋਸਿਸ ਵਾਸਤੇ ਲੋੜ ਹੋ ਵੀ ਸਕਦੀ ਹੈ, ਪਰ ਮੈਨੂੰ ਇੱਥੇ ਲੋੜ ਦੀ ਬਜਾਏ ਮੈਨੂੰ ਜ਼ਿਆਦਾ ਆਕਸੀਜਨ ਸੀ, ਹੁਣ ਉਹ ਦਰਦ ਕਿੱਧਰ ਗਿਆ, ਮੈਨੂੰ ਜ਼ਿਆਦਾ ਆਕਸੀਜਨ ਸੀ ਪੋਲੀਟੀਕਲ ਲੱਗਦੀ ਹੈ ਕਿ ਪੋਲੀਟੀਕਲੀ ਉੱਥੇ ਬੈਠ ਕੇ ਗੁੜਗਾਉਂ ਦੇ ਵਿੱਚ ਮੈਦਾਨਤਾ ਹਸਪਤਾਲ 'ਚ, ਕਿਉਂਕਿ ਸਾਰੀਆਂ ਸਹੂਲਤਾਂ ਅਵੇਲੇਬਲ ਨੇ, ਉੱਥੇ ਬੈਠ ਕੇ ਉਹਦੇ ਨਾਲ ਗੱਲਬਾਤ ਕਰੀ ਗਈ ਹੋਣੀ ਹੈ ਕੋਈ। ਅਤੇ ਡਾਕਟਰ ਸਾਹਿਬ, ਹੁਣ ਤਾਂ ਰਿਪੋਰਟ ਉਹਨਾਂ ਦੀ ਨੈਗੇਟਿਵ ਆ ਗਈ ਹੈ ਅਤੇ ਇਸ ਸਥਿਤੀ 'ਚ ਕਿਵੇਂ ਰੱਖਿਆ ਜਾ ਸਕੇਗਾ ਉੱਥੇ?
बीमारी दसी तो है नहीं भी की कहना भी मेरे पेट दर्द हुंदा है कहिंदे असीं जी इहदा सीटी स्कैन कर दिया सानू कुछ पता नहीं लग्या सानू होर टेस्ट दी लोड़ है पैट स्कैन दी पैट स्कैन च की आउंदा उस तों बाद ही फैसला होगा कोरोना नाल उहदा कोई तल्लक ही नहीं सी ओह मीडिया ने क्योंकि कोरोना वास्ते भेजिया जी कोरोना नाल कोई कोरोना तां पीजीएमएस च हो जाणा सी जिहड़ा तुरिया फिरदा मरीज है उहनूं कोरोना वास्ते उत्थे भेजण दी लोड़ नहीं सी उस तरीके नाल ते इस करके मैनूं लगदा जिहड़ा पैट स्कैन दी जद तक रिपोर्ट नहीं आउंदी उदों तक पैट स्कैन तों बगैर आपां कह नहीं सकदे वी इह की सी पर जे आपां ज्यादा तौर ते देखिए जो पिछे समय दे विच घटनावां होईयां ने जिवें इह सारा कुछ तैयारी है बीजेपी दी जिवें जो कुछ कर सकदे ने उह जो इह लगदा है भी ज्यादा वड्डे चांस इही ने कि उह इक बहाना बनाया गया है हैं ते उह नजरे कहीं निशाना कहीं वाली गल है ते कहा कुछ होर जा रिहा है ते करिया कुछ होर जा रिहा है ते डॉक्टर साहब इनू किन्ना समा होर लगेगा किन्ना समा होर रखिया जा सकेगा उते वेदांता च देखो जे तां ईमानदारी नाल सोचो फिर तां जे बीमारी होई तां रखण दी लोड़ नहीं कोई लोड़ नहीं है जे तुसी दूजी तरह सोचना है फिर जिन्ने दिन मर्जी रखी रखो क्योंकि डॉक्टरां दी एक्सपर्टाइज नूं कोई चैलेंज तां कर नहीं सकदा जिवें आपां सुप्रीम कोर्ट दे फैसले नूं चैलेंज थोड़ो कर सकदे आ हां जी सुप्रीम कोर्ट दा रिव्यू ही पा सकदे आ हां जी मेरे कोले अतवाद के दौरान कई बार ऐसे होंगे कई सिफारशियां भी जिन्होंने इतने अस्पताल दाखिल कर लो चाहे पुलिस वाला हों चाहे कोई हों मैं नहीं करता जो उन्होंने लोड़ नहीं कभी कभी हस्पताल से किसी ने जो एमरजेंसी मेडिकल अफसर ने उन्हें जेल चो बहाना बुना लाता कि जी मेरे दर्द हों फलाना हों उन्होंने दाखिल कर भी लिया तो मैं राउंड के उत्ते आकर डिस्चार्ज कर दिता मैंने बड़िया बड़िया सिफारशा भी आदि मैं भी मैं कहना जी लोड़ ही नहीं है जो लोड़ होंगी असं जरूर रखते सो ये डिपेंड करता है कि तुम वो डायग्नोसिस की बनाने तो डायग्नोस तो एक गल साढ़े को कह लो इन्हों हथियार कह लो जो मर्जी कह लो कि डायग्नोस एस्टैबलिश कर भी कई बार दो चार दिन लग जाते हैं उन्हें चकलों का काम पूरा हो जाता ठीक है तुम्हें लगता भी इस मूव ना पंजाब बीजेपी को कोई फायदा होएगा वो कितनी की सपोर्ट जी डेरा दे सकेगा नहीं वो करे ही उस वास्ते गया है तो पहली गल कि पंजाब बीजेपी को फायदा देने वास्ते करे गया तो दूजी गल बेनीफिट तो होएगा इस कोई शक नहीं है भी जेडे ओदे फॉलोअर ने जी उन्होंने कमेटी है पोलीटिकल कमेटी बाकी बनी हुई है जी मुँह मुँह ही स्नेहा दे के कहें भी वोट किनू पानी है मालवे वोट पाने की गल पर कले इन्हों के वोट नाल पहलियां वोटों के भी जो एनालिसिस करिए जब इन्होंने कांग्रेस की सपोर्ट करी सी मुखर होकर जब इन्होंने कहा भी असं किसी की भी नहीं करते जब इन्होंने किसी भी पार्टी की सपोर्ट करी है वो वोट ने बहुत व्डा फर्क नहीं पाया जितन हार जरूर है भी किसी को हराने फर्क पै सकता पर डॉक्टर साहब एक तत्थ है पिछलियां विधानसभा चोणां दा पिछली बारी डेरे ने जोर शोर नाल जिहड़ियां श्रोमणी अकाली दल नूं वोटां पाईयां सीगियां पर नतीजे उल्टा है ते इह स्थिति दे विच तुसीं इहनूं किवें देखदे हो वी जे डेरा ओपनली बीजेपी दी हमायत करेगा तो उहदा कोई सार्थक नतीजे आ सकणगे ਨਹੀਂ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਵੀ ਜਦ ਇਹਨਾਂ ਨੇ ਕਾਂਗਰਸੀ ਵੀ ਮਦਦ ਕਰੀ ਸੀ ਉਦੋਂ ਵੀ ਐਨਾਲਿਸਿਸ ਕਰ ਲਓ ਇਹਨਾਂ ਕਰਕੇ ਨਹੀਂ ਉਹ ਜਿੱਤੇ ਸੀਗੇ ਜਦ 2002 ਵਾਲੇ ਵੇਲੇ ਵੀ ਇਹ ਜਿਹੜਾ ਹੈਗਾ ਵੀ ਜਿਹੜਾ ਓਪਨ ਦੀ ਮਦਦ ਕਰਕੇ ਵੀ ਤੁਸੀਂ ਕਿਸੇ ਨੂੰ ਹਰਾ ਤਾਂ ਸਕਦੇ ਹੋ ਦੂਜੀ ਧਿਰ ਵਾਲੇ ਨੂੰ ਵੀ ਥੋੜ੍ਹੀ ਤੁਸੀਂ ਉਹ ਵੋਟਾਂ ਉੱਧਰ ਪੈਣੀਆਂ ਸੀ ਦੂਜੇ ਪਾਸੇ ਪੈ ਗਈਆਂ ਤੁਸੀਂ ਜਿਤਾਉਣ ਦੀ ਸਥਿਤੀ ਦੇ ਵਿੱਚ ਮਾਲਵੇ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਹੈ ਨਹੀਂ ਓਪਨ ਪ੍ਰਚਾਰ ਕਰਕੇ ਵੀ ਹੁਣ ਉਹਨਾਂ ਸ਼ਾਇਦ ਓਪਨ ਪ੍ਰਚਾਰ ਹੋਣਾ ਮੁਸ਼ਕਲ ਵੀ ਰਹੇ ਕਿਉਂਕਿ ਚਾਹੇ ਜਿਹੜੀ ਇਹਨਾਂ ਨੇ ਉਹ ਅਰਦਾਸ ਕਰਾਤੀ ਨਾ ਸਭ ਚ ਫਿਰ ਕਰਾਤੀ ਉਹਦੇ ਨਾਲ ਵਿਦਿਨ ਜਿਹੜਾ ਇਹ ਡੇਰਾ ਪ੍ਰੇਮੀ ਨੇ ਇਹਨਾਂ 'ਚ ਵੀ ਕੰਟਰੋਵਰਸੀ ਸ਼ੁਰੂ ਹੁੰਦੀ ਹੈ ਇਹ ਕੋਈ ਐਂ ਨਹੀਂ ਹੈ ਵੀ ਉਹ ਕੋਈ ਮੋਨੋਲਿਥ ਹੈ ਨਹੀਂ ਉਹ ਇੱਕੋ ਜਗ੍ਹਾ 'ਤੇ ਰਹਿ ਰਹੇ ਨੇ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਸ਼ਿਸ਼ਟਾਚਾਰ ਉਹ ਚੱਲ ਰਿਹਾ ਠੀਕ ਹੈ ਉਹ ਡੇਰੇ ਦੇ ਨਾਲ ਨੇ ਲੱਗੇ ਹੋਏ ਡੇਰੇ 'ਚ ਉਹਨਾਂ ਦੀ ਆਸਥਾ ਹੈਗੀ ਹੈ ਇਹ 'ਚ ਕੋਈ ਦੋ ਰਾਏ ਨਹੀਂ ਹੈ ਪਰ ਆਸਥਾ ਦੇ ਬਾਵਜੂਦ ਕਈ ਵਾਰੀ ਜਿਹੜੀਆਂ ਹਾਲਾਤ ਨੇ ਸਾਹਮਣੇ ਦੀਆਂ ਉਹ ਵੀ ਬੰਦੇ ਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਅਤੇ ਲੋਕ ਸੋਚਦੇ ਵੀ ਨੇ ਅਤੇ ਇਸ ਕਰਕੇ ਜਿੰਨੀ ਕੁ ਵੋਟ ਇਹਨਾਂ ਦੇ ਡੇਰੇ ਦੇ ਕਹੇ ਤੋਂ ਪੈਣੀ ਹੈ ਜੇ ਹੁਣ ਵੀ ਇਹ ਗੁਪਤ ਸ਼ੁਪਤ ਦੇ ਨਾਲ ਵੀ ਉਹਦਾ ਬੀਜੇਪੀ ਨੂੰ ਕੋਈ ਬਹੁਤਾ ਬੈਨੀਫਿਟ ਨਹੀਂ ਹੋਣਾ ਪਰ ਇੱਕ ਗੱਲ ਮੇਰੇ ਕੋਲ ਮਾਲਵੇ ਦੀ ਜੋ ਰਿਪੋਰਟਿੰਗ ਹੈ ਉਹ ਕਈ ਕਹਿੰਦੇ ਨੇ ਵੀ ਇਹਨਾਂ ਦਾ ਅਸਰ ਹੋ ਸਕਦਾ ਮਾੜਾ ਮੋਟਾ ਡਾਕਟਰ ਸਾਹਿਬ ਮੈਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੋਟਾਂ ਪੈਣ ਤੋਂ ਪੈਣ ਵਾਲੇ ਦਿਨ ਕਾਫੀ ਥਾਵਾਂ 'ਤੇ ਪਤਾ ਕੀਤਾ ਸੀਗਾ ਜਿਹੜੇ ਡੇਰਾ ਪ੍ਰੇਮੀਆਂ ਨਾਲ ਵੀ ਕਈਆਂ ਨਾਲ ਸੰਪਰਕ ਕੀਤਾ ਸੀਗਾ ਉਹਨਾਂ ਦੇ ਵਿੱਚ ਵੱਖ ਵੱਖ ਜਿਹੜੇ ਇਹਨਾਂ ਦੇ ਸਰਪੰਚ ਵੀ ਸੀ ਜੋ ਡੇਰੇ ਨਾਲ ਸੰਬੰਧਿਤ ਸੀ ਉਹਨਾਂ ਦਾ ਕਹਿਣਾ ਸੀ ਵੀ 50% ਨੇ ਤਾਂ ਅਕਾਲੀ ਦਲ ਨੂੰ ਵੋਟਾਂ ਪਾਈਆਂ ਪਰ 50 'ਚ ਜਿਹੜੇ ਬਾਕੀ ਹੈ ਉਹਨਾਂ ਨੇ ਕਾਂਗਰਸ ਨੂੰ
ते जड़े आम आदमी पार्टी नूं वोटां पाईआं, इसदा मतलब डेरे दे कहण ते पूरी जड़ी है अगे जो पहला वोटां पैंदियां सी उवें हुण वोटां नहीं पैंदियां, इहदे बारे तुहाडा कहना? देखो मोटी गल है वी, पहली गल अकाली दल नूं तां डेरे दे कहे तों ज्यादा वोट पैनी वी नहीं। हाँ जी, उह इक कौण है, रूरल एरिया दी वोट है ज्यादा, रूरल चो कॉन्ट्रडिक्शन है, अर्बन एरिया की जी वोट है वह भी अकालिया नाल कॉन्ट्रडिक्शन है, सो उहदे चो तां पैनी नहीं। बीजेपी का उस तरीके नाल थोड़ा ज्यादा भार हुआ है, पर क्योंकि बहुत सारे जो दलित ने कांग्रसी भी ने। हाँ जी, बहुत वे वे लीडर है दिग्गज उन्होंने कांग्रसी, सो इस करके कांग्रेस और बीजेपी से जी दलित वोट के उत्ते टक्कर होनी है वह बहुत ही टक्कर कांग्रेस और बीजेपी के थोड़ी बहुत ही रात के नाल होगी। अकालियां तो उदो कहता उन्होंने पा के भी ठीक गल है थोड़ी, इस कोई दो राय नहीं है, तुम सही एनालिसिस करी कि उन्होंने कहा 50% तो वो वोट नहीं पई, इस कोई दो राय नहीं है, इस करके उन्होंने अपन पता ही है जिन्नी उन्होंने सीटा मिलिया ने ते जो उन्होंने उत्थे कह लो भी नतीजे आए ने। सो ये कहना कि मैं ये कहना भी जो वोट एक पास पैंदी भी है, मैं अगली गल कह रहा हाँ जी, भी जिहड़ी वोट पूरा जोर ला के भी पैंदी, क्योंकि कांग्रेस वेले कॉन्ट्रोवर्सी नहीं सी अकालियां वाली, अकालियां नाल ही कोई कॉन्ट्रडिक्शन सी, कांग्रेस नाल कोई कॉन्ट्रडिक्शन नहीं सी, उदों भी कांग्रेस ने जितण दा कारण ही बने नहीं हैगे बड़े, मैं ये कहन दी कोशिश कर रहा। ठीक ठीक ठीक, भी ये वोट उन्नी जितने वोटां नाल भी पैंदा, पर ये वोट किसी नूं हरा तां सकदे, जिवें टौड़ा साहब ने सरविंद अकाली दल बनाया सी, उह बादलां नूं तां हरा गए। हां जी हां जी, ते ये नहीं है वी उह आपदी सरकार बना गए। ठीक, तो इस तरह दा फर्क हुंदा, कई बंदे किसी ना किसी कैंडीडेट नूं हराउण दे काम आ सकदे ने जिथे मार्जिन थोड़ा होवे। डॉक्टर साहब, इहदे तों अलावा एक होर पंजाब दे विच मामला जिहड़ा पिछले 3-4 दिनां तों काफ़ी सरगर्मी ना, वह वैक्सीन का मामला हैगा। वैक्सीन दे विच इह कहा जांदा है कि पंजाब सरकार ने जिहड़े आ जिहड़े प्राइवेट हस्पताल आ जिन्हां च मैक्स फोर्टिस है उन्हां नूं जिहड़ी वैक्सीन दित्ती है, जिहड़ी वैक्सीन इन्हां ने 425 रुपये लई सी वह 1060 रुपये इन्हां नूं देती है, उन्हां ने अगे 1560 रुपये पर इंजैक्शन जिहड़ी लोकां नूं लाई है। ये जिहड़ा मामला इहदे बारे तुसीं की कहिंदे, मतलब अज इहनूं लैके प्रोटेस्ट भी होए, कल आम आदमी पार्टी ने किया है, अज श्रोमणी अकाली दल ने किया, उन्होंने जांच मंगी भी जिहड़ा सेहत मंत्री उन्हूं ही डिसमिस कर देना चाहिए, तुसीं इहदे ते की कहना चाहुंदे? यह वैक्सीन देने का सवाल है, यह अनैतिक है, इहनूं मैं घपले दी वड्डे दी बजाए मैं ये कहांगा ये नैतिक दे तौर दे उत्ते ते असूल दे तौर दे उत्ते दित्ता गया। फिर उस तों भी वड्डी गलती होर होई है कि 420 वाला 1060 च वेचिया, चाहे वह पैसा कारपोरेट सोशल रिस्पोंसिबिलिटी के खाते च पवाया गया है, किसी ने किसी की जेब च नहीं गया, पर अनैतिक है, ये रूलों के भी उल्ट है। तीजी गल उहदे च होर भी दुखांत है भी अगो 1560 च 500 रुपया उहदे सर्विस चार्ज लै रहे हैं, प्रैक्टिकल तो सर्विस चार्ज ही कहेंगे ना। हाँ जी हाँ जी, सो ये जिहड़ा सारा कुछ उदू भी वड्डी गल इह है कि पंजाब कहिंदे मां फिरे फोसी फोसी ते पुत बख्शे गुहारे, ते पंजाब नूं सिर्फ 54 लाख डोज मिली है वैक्सीन की हुण तक, हाँ जी जनवरी तो लैके, जिस चों इन्हां ने तकरीबन 51-52 लाख लाती है, 54-50 कल की रिपोर्ट सी 50,54,000, ते बाकी 1,02,000-8,000 इन्हां दी वेस्ट हुई है, ते कुछ 2 लाख डोज है, थोड़े को 2 लाख डोज है, तुसीं 80,000 देण दा फैसला करता, कुछ 43,000 दे भी दित्ती प्राइवेटां नूं, ते थोड़े अपने बंदियां वास्ते जिहड़ी गिड्डी वड्डी गिनती उहदे वास्ते की रह गया, एक तां इह ज्यादती सी। दूजा मैं इह कहांगा इहदे विच जिहड़ी कांग्रेस आपदा बयानबाजी कर रही है कि असीं क्यों दित्ती सी, उहदे विच इह है कि केंद्र ने करिया सी कि 3 भाअ करते सी ते प्राइवेट 1060 रुपये वैक्सीन खरीद सकते सी कंपनियां तों, केंद्र रोल आउट करता सी, जे पंजाब दियां इह प्राइवेट हस्पतालां नूं वैक्सीन नहीं मिल रहा सी, अपमान लो भी नहीं मिल रहा सी, ਤਾਂ ਜੇ ਕਿਸੇ ਕੋਲ 4 ਪੈਸੇ ਹੈਗੇ ਨੇ ਉਹ ਸਰਕਾਰੀ ਹਸਪਤਾਲ ਜਾ ਕੇ ਨਹੀਂ ਲਵਾਉਣਾ ਚਾਹੁੰਦਾ, ਉਹਨੂੰ ਆਪਾਂ ਵੈਕਸੀਨ ਤੋਂ ਤਾਂ ਨਹੀਂ ਨਾ ਰੋਕ ਸਕਦੇ। ਹਾਂਜੀ ਹਾਂਜੀ, ਅਤੇ ਉਹਦੇ ਵਾਸਤੇ ਕਹਿੰਦੇ ਅਸੀਂ ਉਹਨਾਂ ਨੂੰ ਵੈਕਸੀਨ ਦਿੱਤਾ ਸੀ, ਮੈਂ ਕਹਿੰਦਾ ਫਿਰ ਮੁਫਤ ਦੇ ਦਿਓ ਨਾ ਤੁਸੀਂ, ਉਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਕੁਛ ਦੇ ਕੇ ਤੁਸੀਂ ਕਹੋ ਜੀ ਇਹ ਮੁਫਤ ਲਾਉਣਾ, ਤੁਸੀਂ ਕੋਈ ਇਹਦੇ ਸਰਵਿਸ ਚਾਰਜ ਨਹੀਂ ਲੈਣੇ, ਇਹ ਸੇਵਾ ਦਾ ਮੌਕਾ ਹੈ, ਅਤੇ ਨਾਲ ਇੱਕ ਪਰਚਾ ਜਾਰੀ ਕਰ ਦਿਓ ਉਹਦੇ 'ਚ ਬੇਨਤੀ ਕਰ ਦਿਓ ਕਿ ਤੁਸੀਂ ਜੇ ਜਮ੍ਹਾਂ ਕਰਾ ਸਕਦੇ ਹੋ ਕੋਈ ਪੈਸਾ ਦਾਨ ਕਰ ਸਕਦੇ ਹੋ ਤਾਂ CM ਰਿਲੀਫ ਫੰਡ ਦੇ ਵਿੱਚ ਦਾਨ ਕਰ ਦਿਓ, ਸੌਖਾ ਤਰੀਕਾ ਸੀ ਉਹ। ਇਹ ਤਾਂ CSR ਫੰਡ ਤਾਂ ਇੱਦਾਂ ਦੇ ਬਣਾ ਲਏ ਜਿਵੇਂ PM ਕੇਅਰ ਫੰਡ ਸੀਗਾ, ਉਹਦੀ ਬਜਾਏ ਤੁਸੀਂ CM ਰਿਲੀਫ 'ਚ ਸਿੱਧਾ ਮੰਗੋ, ਤੁਹਾਡੇ ਕੋਲ ਰਾਈਟ ਹੈ ਅਤੇ ਤੁਸੀਂ ਇੱਕ ਪਰਚਾ ਦੇ ਦਿਓ, ਜਿਹਨੇ ਜਮ੍ਹਾਂ ਕਰਾਉਣਾ ਆਪਾਂ ਲੰਗਰ 'ਚ ਜਾਂਦੇ ਹਾਂ, ਆਪਾਂ ਉੱਥੇ ਭੋਜਨ ਛਕਦਾ, ਆਪਾਂ ਤੋਂ ਕੋਈ ਪੈਸਾ ਥੋੜ੍ਹਾ ਮੰਗਦਾ,
ਪਰ ਬਾਹਰ ਗੁੜ ਕਪਈਆ ਅਸੀਂ ਪਾਈਏ ਜਾਂ ਨਾ ਪਾਈਏ, ਆਪਾਂ ਗੁਰਦੁਆਰੇ ਮੱਥਾ ਟੇਕਦਾ। ਮੈਂ ਕਹਿੰਦਾ ਭਾਵੇਂ ਆਪਾਂ ਪੈਸਾ ਵੀ ਨਾ ਚੜਾਈਏ ਉੱਥੇ, ਉੱਥੇ ਕੋਈ ਨਹੀਂ ਕਹਿੰਦਾ ਤੁਹਾਨੂੰ ਚੜਾਵਾ ਦਿਓ, ਪਰ ਆਪਾਂ ਨੂੰ ਦਿੱਖ ਤਾਂ ਮਿਲਦੀ ਹੈ ਨਾ। ਆਪਾਂ ਉੱਥੇ ਕੀਰਤਨ ਵੀ ਸੁਣ ਸਕਦੇ ਹਾਂ, ਆਪਾਂ ਉੱਥੇ ਗੁਰਬਾਣੀ ਵੀ ਸੁਣ ਸਕਦੇ ਹਾਂ। ਸੋ ਜਿਹੜਾ ਇਹ ਤੌਰ ਤਰੀਕਾ ਸੀ, ਇਹ ਤੌਰ ਤਰੀਕਾ ਗਲਤ ਹੈ, ਮੈਂ ਤਾਂ ਕਹਿੰਦੇ ਅਨੈਤਿਕ ਹੈ। ਇਹ ਸੁਣ ਤੁਸੀਂ ਇੱਕ ਤੁਹਾਡੇ ਕੋਲ ਵੈਕਸੀਨ ਆਇਆ, ਤੁਸੀਂ ਉਹਨੂੰ ਵੇਚਣਾ ਸ਼ੁਰੂ ਕਰਤਾ, ਇਹ ਆਪਣੇ ਆਪ 'ਚ ਨੈਤਿਕਤਾ ਦਾ, ਕਿਉਂਕਿ ਮੈਂ ਇਹ ਫੇਸ ਕਰੇ ਨੇ ਸਵਾਲ ਜਿਹਨਾਂ ਨੂੰ ਮੈਂ ਰਿਜ਼ੋਲਵ ਕਰਕੇ ਇਹ ਨਹੀਂ ਕਰਨਾ, ਸਟੈਂਡ ਰਿਹਾ। ਮੈਨੂੰ ਪਤਾ ਲੋਕਾਂ ਦੇ ਬੈਨੀਫਿਟ 'ਚ ਵੀ ਹੁੰਦਾ ਕਈ ਵਾਰੀ, ਮੈਂ ਕਹਿੰਦਾ ਨਾ ਬਿਲਕੁਲ ਨਹੀਂ। ਲੋਕਾਂ ਦੇ ਵਿੱਚ ਜਿਹੜੀ ਭਾਵਨਾ ਪੈਦਾ ਹੋ ਜਾਣੀ ਹੈ ਇਹਦੇ ਨਾਲ, ਉਹ ਜ਼ਿਆਦਾ ਨੁਕਸਾਨ ਕਰੂ ਲੋਕਾਂ ਦੀ ਸਿਹਤ ਨੂੰ, ਇਹਦੀ ਵੇਖ ਕੇ ਜਿੰਨਾ ਕੁ ਫਾਇਦੇ ਨਹੀਂ ਫਾਇਦਾ ਕਰਾਂਗੇ। ਆਪਾਂ ਇਹੀ ਤਾਂ ਦੇਖਣਾ ਹੁੰਦਾ ਨਾ ਵੀ ਲੋਕਾਂ ਨੂੰ ਫਾਇਦਾ ਹੋਵੇ, ਸੋ ਇਹ ਗਲਤ ਹੈ। ਦੂਜੀ ਗੱਲ ਇਹਦੇ 'ਚ ਕੀ ਹੈ, ਦੂਜੀ ਗੱਲ ਇਹਦੇ 'ਚ ਇਹ ਦੇਖਣ ਦੀ ਲੋੜ ਹੈ ਕਿ ਜਿਹੜਾ ਫੈਸਲਾ ਕਰਿਆ ਗਿਆ ਉਹਦੇ ਵਿੱਚੋਂ 30,000 ਵੈਕਸੀਨ, ਜੋ ਅਖਬਾਰ ਦੀ ਰਿਪੋਰਟ ਹੈ, ਹਾਂਜੀ, ਸਰਕਾਰ ਨੇ ਕਾਊਂਟਰ ਨਹੀਂ ਕਰੀ ਅਜੇ ਤੱਕ, ਉਹ ਕੱਲੇ ਇੱਕ ਹਸਪਤਾਲ ਨੂੰ ਗਿਆ, ਉਸ ਪ੍ਰਾਈਵੇਟ ਹਸਪਤਾਲ ਨੂੰ ਗਿਆ 43,000 ਤੋਂ 30,000। ਜਿਹੜਾ ਹਸਪਤਾਲ ਜਿਹੜਾ ਹੈਗਾ ਉਹ 30,000 ਵੈਕਸੀਨ ਉਸ ਹਸਪਤਾਲ ਨੂੰ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਹੈਲਥ ਦਾ ਐਡਵਾਈਜ਼ਰ ਹੈ ਉਹਦੇ 'ਚ ਲੱਗਿਆ ਹੋਇਆ, ਜਿਹਨੇ ਫੈਸਲਾ ਕਰਾਇਆ। ਸੋ ਇਸ ਕਰਕੇ ਇੱਥੇ ਹਿੱਤਾਂ ਦਾ ਟਕਰਾਅ ਵੀ ਹੈ, ਇਹ ਹੋਰ ਵੀ ਜ਼ਿਆਦਾ ਮਾੜੀ ਗੱਲ ਹੈ, ਜੇ ਜਿਹੜੀ ਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਡਾਕਟਰ ਜਿਹੜੇ ਸਿਹਤ ਮੰਤਰੀ ਉਹ ਕਹਿੰਦੇ ਵੀ ਅਸੀਂ ਵਾਪਸ ਮੰਗ ਲਈ ਆ, ਉਹਨਾਂ ਨੂੰ ਕਿਹਾ ਵੀ ਸਾਡੀ ਜਿਹੜੀ ਵੈਕਸੀਨ ਵਾਪਸ ਕੀਤੀ ਜਾਵੇ, ਹੁਣ ਕਿੰਨੀ ਵਾਪਸ ਆ ਜਾਏਗੀ, ਕੀ ਹੋਏਗਾ ਇਹਦੇ ਤੇ? ਦੇਖੋ ਵੈਕਸੀਨ ਤਾਂ ਬਹੁਤੀ ਲੱਗੀ ਵੀ ਨਹੀਂ, ਵਾਪਸ ਆ ਜਾਏਗੀ, ਮੈਂ ਵਾਪਸ ਆਉਣ ਦਾ ਮੇਰਾ ਸਵਾਲ ਹੀ ਨਹੀਂ ਹੈ। ਹਾਂਜੀ, ਉਹ ਕਹਿੰਦੇ ਵੀ ਗੰਢੇ ਵੀ ਖਾਧੇ ਤੇ ਉਹ ਗੱਲ ਹੋਈ ਹੈ, ਮੇਰਾ ਸਵਾਲ ਇਹ ਹੈ ਜਿੱਥੇ ਅਸੀਂ ਕੇਂਦਰ ਦੇ ਉੱਤੇ ਭਾਰੂ ਹੋ ਰਹੇ ਸੀ, ਤੁਸੀਂ 3 ਰੇਟ ਕਿਉਂ ਕਰਤੇ? ਆ ਹੁਣ ਮੋਦੀ ਸਾਹਿਬ ਨੂੰ ਕਹਿਣਾ ਪਿਆ ਵੀ ਕੋਈ ਨਹੀਂ 1 ਰੇਟ ਦੀ ਵੇਚਾਂਗੇ, ਤੇ ਉਹ ਜਿਹੜੇ 3 ਰੇਟਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਪੰਜਾਬ ਨਾਲ ਵੈਕਸੀਨੇਸ਼ਨ ਦੀ ਵੰਡ 'ਚ ਹੋ ਰਹੀ ਸੀ, ਕੋਵਿਡ ਫੰਡਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ, ਮਾੜੇ ਵੈਂਟੀਲੇਟਰ, ਮਾੜੇ PPE ਕਿੱਟਾਂ ਦੀ ਗੱਲ ਹੋ ਰਹੀ ਸੀ, ਮਾੜੇ RT-PCR ਟੈਸਟ ਕਿੱਟਾਂ ਦੀ ਗੱਲ ਹੋ ਰਹੀ ਸੀ, ਉਹਦੇ ਵਿੱਚ ਅਸੀਂ ਸਾਰੇ ਇੱਕ ਤਾਂ ਕਾਰਨਰ ਹੋ ਗਏ, ਕਿਉਂਕਿ ਹੁਣ ਅਸੀਂ ਕਿਹੜੇ ਮੋਰਲ ਨਾਲ ਕਹਾਂਗੇ, ਮੋਰਲ ਫਾਈਬਰ ਅਸੀਂ ਲੂਜ਼ ਕਰ ਗਏ ਸਟੈਂਡ। ਦੂਜਾ, ਅਸੀਂ ਆਪੋਜੀਸ਼ਨ ਨੂੰ ਮਿਹਨੇ ਦੇਣੇ ਸ਼ੁਰੂ ਕਰਤੇ, ਇਹੀ ਮਿਹਨੇ ਤਾਂ ਮੋਦੀ ਸਾਹਿਬ ਦਿੰਦੇ ਨੇ ਵੀ ਤੁਸੀਂ ਆਹ ਕਰਦੇ ਹੋ, ਤੁਸੀਂ ਫਲਾਣਾ ਕਰਦੇ ਹੋ, ਉਹ ਆਪੋਜੀਸ਼ਨ ਨੂੰ ਮਿਹਨੇ ਦੇ ਕੇ ਜਾਂ ਉਹਨਾਂ 'ਤੇ ਕੇਸ ਬਣਾ ਕੇ ਕਿ ਜੀ ਤੁਸੀਂ ਕੋਵਿਡ ਦੀ ਪ੍ਰੋਟੋਕੋਲ ਦਾ ਉਲੰਘਣ ਕਰਿਆ ਪ੍ਰੋਟੈਸਟ 'ਚ, ਅਤੇ ਫਿਰ ਮੋਦੀ ਸਾਹਿਬ 'ਤੇ ਸਾਡੇ ਤਾਂ ਕੋਈ ਫਰਕ ਨਾ ਨਾ ਰਿਹਾ, ਉਹ ਰਣਿੰਦਰ 'ਤੇ ਕੇਸ ਬਣਾ ਦਿੰਦੇ ਨੇ ਅਤੇ ਇਹ ਫਿਰ ਇਹਨਾਂ 'ਤੇ ਆਪੋਜੀਸ਼ਨ 'ਤੇ ਬਣਾ ਦਿੰਦੇ ਨੇ, ਇਹਨਾਂ ਨੇ ਤਾਂ ਆਪਦੇ ਈਵਨ ਕਾਂਗਰਸਾਂ 'ਤੇ ਬਣਾਉਣੇ ਸ਼ੁਰੂ ਕਰਤੇ ਸੀ, ਧਮਕੀਆਂ ਦੇਣੀਆਂ ਸ਼ੁਰੂ ਕਰਤੇ ਸੀ, ਧਮਕੀਆਂ ਨਹੀਂ ਵੀ ਬਣਾਏ। ਸੋ ਇਹ ਜਿਹੜੀਆਂ ਪਿਰਤਾਂ ਨੇ, ਇਹ ਜਿਹੜੀਆਂ ਕੋਵਿਡ ਦੇ ਨਾਂ ਦੇ ਉੱਤੇ ਵੀ ਇਹ ਜਿਹੜੀ ਪਿਰਤ ਹੈ, ਇਹ ਹੋਰ ਵੀ ਮਾੜੀ ਹੈ, ਇਹ ਇਹੀ ਜਿਹੀ ਪਿਰਤ ਪਾਉਣੀ ਕਿ ਜਿਹੜਾ ਬੰਦਾ ਵੀ ਸਰਕਾਰ ਜੀ ਨੁਕਤਾਚੀਨੀ ਕਰੇਗਾ, ਮੈਂ ਕਹਿੰਦਾ ਮੰਨ ਲਓ ਨੁਕਤਾਚੀਨੀ ਗਲਤ ਵੀ ਹੋ ਜੇ, ਤੁਸੀਂ ਜਸਟੀਫਿਕੇਸ਼ਨ ਦੇ ਦਿਓ ਕਿ ਜੇ ਆ ਪਿਆ ਜਿਹਨੇ ਦੇਖਣਾ ਦੇਖ ਲਓ। ਅੱਜ ਮੈਂ ਕਿਤੇ ਸੁਣ ਰਿਹਾ ਸੀ ਬੰਦਾ ਕਹੀ ਜਾਵੇ ਅਸੀਂ ਜੀ ਇਨਕੁਆਇਰੀ ਕਰਾਂਗੇ, ਮੈਂ ਕਿਹਾ ਭਾਈ ਜਿਹੜਾ 30,000 ਵੈਕਸੀਨ ਇੱਕ ਹਸਪਤਾਲ ਨੂੰ ਮਿਲਿਆ ਉਹ ਉੱਥੇ ਹੀ ਤੁਹਾਡਾ ਐਡਵਾਈਜ਼ਰ ਲੱਗਿਆ, 43,000 ਤੋਂ 30,000 ਡੋਜ਼ ਉਹਨੂੰ ਮਿਲੀ ਹੈ, ਜਦ ਤੱਕ ਉਹ ਵੀ ਮਿਲੀ ਨਹੀਂ ਜੀ, ਹਾਂਜੀ ਹਾਂਜੀ, ਉਹਦੇ ਉੱਤੇ ਇਨਕੁਆਇਰੀ ਕਦੇ ਕਰਨੀ ਹੈ, ਉਹ ਤਾਂ ਮਿਲੀ। ਜਿਹੜੀ ਸਾਹਮਣੇ ਗੱਲ ਦਿਖੀ ਜਿਵੇਂ ਮੈਂ ਕਹੀ ਜਾਵਾਂ, ਤੁਸੀਂ ਕਹੋ ਇਹ ਮਰੀਜ਼ ਮਰ ਗਿਆ, ਮੈਂ ਕਹਾਂ ਉਹ ਕੋਈ ਨਹੀਂ ਜੀ, ਅਸੀਂ ਇਨਕੁਆਇਰੀ ਕਰਾਂਗੇ ਵੀ ਮਰੀਜ਼ ਮਰਿਆ ਕਿ ਨਹੀਂ ਮਰਿਆ, ਮਰੇ ਹੋਏ ਮਰੀਜ਼ ਨੂੰ ਡੈਥ ਸਰਟੀਫਿਕੇਟ ਦੇਣ ਦੇ ਬਾਵਜੂਦ ਕਹੀ ਜਾਵਾਂ ਕਿ ਕੋਈ ਨਹੀਂ ਜੀ ਅਸੀਂ ਇਨਕੁਆਇਰੀ ਕਰਾਂਗੇ ਮਰਿਆ ਕਿ ਨਹੀਂ ਮਰਿਆ, ਉਹਦੇ ਕਾਜ਼ ਦੀ ਇਨਕੁਆਇਰੀ ਕਰਨੀ ਹੋਵੇ ਵੱਖਰੀ ਗੱਲ ਹੈ, ਉਹ ਕਹਿੰਦਾ ਇਨਕੁਆਇਰੀ ਕਰਾਂਗੇ ਜੀ, ਵੀ ਜਿਹੜਾ ਸਾਹਮਣੇ ਦਿੱਤਾ ਹੈ ਉਹਦੀ ਇਨਕੁਆਇਰੀ ਕਾਹਦੀ ਕਰਨੀ ਹੈ। ਸੋ ਇਸ ਕਰਕੇ ਜਦ ਸਰਕਾਰਾਂ ਦੇ ਵਿੱਚ ਆਪਦੀ ਗੱਲ ਨੂੰ ਜਿੱਥੇ ਗਲਤੀ ਹੋਵੇ ਉੱਥੇ ਮੰਨ ਲਓ ਪੱਲੂ ਪਾ ਕੇ ਹਾਂ ਯਾਰ ਇਹ ਗਲਤੀ ਹੋ ਗਈ, ਅੱਗੇ ਤੋਂ ਨਹੀਂ ਕਰਦੇ, ਦੱਸੋ ਕੀ ਔਖਾ, ਇਹੀ ਕੁਛ ਮੋਦੀ ਸਾਹਿਬ ਕਰਦੇ ਨੇ, ਆਪਦੀ ਜਸਟੀਫਿਕੇਸ਼ਨ ਦੇਈ ਜਾਂਦੇ ਨੇ। ਡਾਕਟਰ ਸਾਹਿਬ, ਅੱਜ ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦੇ ਵਾਰ ਵਾਰ ਦਖਲ ਦੇਣ ਤੋਂ ਬਾਅਦ ਐਲਾਨ ਕੀਤਾ ਹੈ ਕਿ ਹੁਣ ਮੁਫਤ ਵੈਕਸੀਨ ਲਾਈ ਜਾਏਗੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਗੱਲ ਇਹ ਹੈ ਵੀ ਇਹ ਵੈਕਸੀਨ ਮੁਫਤ ਲੱਗਣ ਦਾ ਜਿਹੜਾ ਸਾਰਾ ਤਰੀਕਾ ਸੀ ਇਹ ਸ਼ੁਰੂ ਤੋਂ ਸਾਡਾ ਨੈਸ਼ਨਲ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ, ਇਹ ਇਕੱਲੀ BJP ਸਰਕਾਰ ਐਸੀ ਆਈ ਹੈ, ਹੁਣ ਦੀ ਪਿੱਛੇ ਵਾਜਪਾਈ ਸਾਹਿਬ ਦੀ ਵੀ ਸਰਕਾਰ ਰਹੀ ਹੈ, ਉਹ ਸਾਰਾ ਵੈਕਸੀਨ ਆਉਂਦਾ ਸੀ, ਅਸੀਂ ਸਿਰਫ ਸਟੇਟਾਂ ਲਾਉਂਦੀਆਂ ਸੀ, ਐਤਕੀ ਇਹਨਾਂ ਨੇ ਇੱਕ ਤਾਂ ਪਾਤਾ ਸਟੇਟਾਂ ਤੋਂ ਵੀ ਤੁਸੀਂ ਲਓ, ਅਤੇ ਦੂਜੀ ਗੱਲ ਭਾਅ 3 ਕਰਤੇ, ਹਾਂਜੀ, ਉਹ 150 ਦਾ ਅਤੇ ਸੂਬਿਆਂ ਨੂੰ 200-300 ਦਾ ਅਤੇ ਨੂੰ 100 ਦਾ, ਇਹ ਜਿਹੜਾ ਕੋਵਿਸ਼ੀਲਡ ਦੀ ਗੱਲ ਹੈ। ਉਹ ਆਧਾਰ ਪੂਨਾ ਵਾਲਿਆਂ ਦਾ ਆਪਦਾ ਬਿਆਨ ਸੀ ਕਿ ਸਾਨੂੰ 150 'ਚ ਵੀ ਪ੍ਰੋਫਿਟ ਹੋ ਰਿਹਾ ਸੀ, ਹਾਂਜੀ, ਪਰ ਅਸੀਂ ਜ਼ਿਆਦਾ ਪ੍ਰੋਫਿਟ ਕਮਾਉਣਾ ਸੀ ਇਸ ਕਰਕੇ ਅਸੀਂ ਰੇਟ ਵਧਵਾਇਆ, ਆਪ ਉਹਦਾ ਬਿਆਨ ਹੈ ਇਹ। ਜੇ ਤੁਸੀਂ ਕਾਰਪੋਰੇਟ ਨੂੰ 40-45,000 ਕਰੋੜ ਦਾ ਬੈਨੀਫਿਟ ਦੇਣਾ ਲੋਕਾਂ ਦੇ ਕੋਵਿਡ ਦੇ ਦੌਰਾਨ, ਜਦ ਇੰਨੀਆਂ ਮੌਤਾਂ ਹੋ ਗਈਆਂ, ਜਦ ਕਿ ਕਰੀਬ 3 ਲੱਖ ਮੌਤ ਹੋ ਚੁੱਕੀ, 2,99,000 ਮੌਤਾਂ ਹੋ ਚੁੱਕੀਆਂ, ਜਦ ਤੁਹਾਡੇ ਕੋਲ ਕਰੀਬ 2,99,00,000 ਜਾਣੀ ਕਿ 3 ਕਰੋੜ ਦੇ ਬਰਾਬਰ ਤਕਰੀਬ ਕੇਸ ਆ ਗਏ,
उस वक्त तुसी ये कह रहे हो कि भई जिहड़ा हैगा इहनूं मुनाफा दे दो 40-50 हज़ार करोड़ का, 40-50 हज़ार करोड़ का मुनाफा कंपनियां नूं देण दा। तुसी कोविड वैक्सीन तैयार करन दी सलाह नहीं कर रहे, तुसी कंपनियां नूं खुल नहीं दे रहे, हुण कहिंदे ने वैसे एक कंपनी होर नूं कहा है भी कोई नहीं तुसी तैयार कर लो। सो उहदे विच असीं सारे का सारा कोविड नूं भी जिवें प्रधानमंत्री जी तां साडे कहिंदे हुंदे ने भी हर जिहड़ी आपदा है उहनूं एक अपरचुनिटी बना लो, हाँ जी उहनूं मौका बना लो। इन्हां ने उह मौका बना लिया पीपी किटां च वी हेराफेरी दा, इन्हां ने मौका बना लिया अपने बंदिआं दे राहीं 200 रुपए वाली जिहड़ी सी RT-PCR किट उहनूं 600 च वेचण दा सरकार नूं ही। इन्हां ने मौका बना लिया घटिया वेंटीलेटर खरीदण दा थोक रेट ते, हाँ जी इन्हां ने मौका बना लिया विरोधियों नूं सज़ा देण दा, इन्हां ने मौका बना लिया डेमोक्रेटिक मूवमेंटां नूं क्रश करन दा। सो करोना हैज़ बीन यूज्ड एज ए वैपन, वैपन ऑफ टैरर एंड वैपन ऑफ करप्शन आई विल से। ते आपदी इनफी फिर लोगों को लड़ाउण दा, बाबा रामदेव का जो झगड़ा पिया लोगों को तो ऐं लगता है भी एलोपैथी ते आयुर्वेद का असल च झगड़ा है, ये है नहीं। ये झगड़ा ये पाया गया जान के कि मोदी साहब की छवी हो गई सी धूमल, हाँ जी भी गैस नहीं, ऑक्सीजन नहीं मिली जी, वेंटीलेटर नहीं मिले जी, ICU नहीं मिली जी, बैड नहीं मिले हस्पतालों च, लोग सिर के उत्ते लाशा मोढ़े ते लाश चुकी जाते हैं, लोग गड्डी ते ला चुकी जाते हैं। उस धूमल छवि नूं दूर करन वास्ते बाबा रामदेव ने कहा वो कानू ऑक्सीजन का रौला पाने हो, बैडा का रौला पाने हो, रेमडेसिविर का रौला पाने हो, इन्हां करके तो तुसी मरे हो हस्पताल च, नहीं तो तुसी मरना ही नहीं सी। सो इस करके ताकि ध्यान उधरों दूजे पासे जा रहे। सो ये साडा जिहड़ा अज दा तौर तरीका है। तुसी देखो किड्डा, मैं एक होर गल दर्शकों के सामने शायद पहला भी कदे कही होवे फोकस करनी चाहना भी 1 मई तो लैके 25 मई तक जम्मू साहब, हाँ जी करोना के 80 लाख तो वध केस आए 1 मई 25 दिन च, हाँ जी 80 लाख तो वध केस आए, 1 लाख के करीब 99,400 कुछ मौत हुई। वो किधरे पड़ाती ये कह के भी 12,000 के 11,000 केस आया फंगस का, काली ब्लैक फंगस एंड वाइट फंगस का, उसकी सिर्फ 300 मौत हुई सी, वो सारे ही हवा च रोलता रौला पैन लगा ब्लैक फंगस 80 लाख, हाँ 80 लाख के मुकाबले 11,000 केस जगह दे थी, 1 लाख मौत के मुकाबले 300 मौत उच्चा करता। सो इस करके तुसी आपे देख लो भी केड़ी चीज नूं वड्डा करता ते केड़ी नूं छोटा करता है पूरे एक मीडिया दे राही, ताकि उस पासे ध्यान ना जावे। नहीं वो जतन तो हुण भी जारी है सी, जिहड़ी अमेरिका च पहली वेव आई सी उहदे नाल अपने देश की सैकंड वेव नूं कंपैरिजन करी जाने, मुकाबला करी जाने। ਤੁਸੀਂ ਇਹ ਮੁਕਾਬਲਾ ਜਿਹੜਾ ਹੈ ਅਸੀਂ ਵੈਸਟ ਨਾਲ ਜਾਣ ਬੁੱਝ ਕੇ ਅਸੀਂ ਬਾਕੀ ਗੱਲਾਂ 'ਚ ਕਿਉਂ ਨਹੀਂ ਕਰਦੇ? ਅਸੀਂ ਜਿਹੜੇ 117 ਦੇਸ਼ ਨੇ ਜੰਮੂ ਸਾਹਿਬ, 117 ਦੇਸ਼ ਨੇ ਦੁਨੀਆ ਦੇ ਜਿਨ੍ਹਾਂ ਦੇ ਵਿੱਚ ਪ੍ਰਤੀ ਮਿਲੀਅਨ ਜਾਣੀ ਕਿ 10 ਲੱਖ ਦੇ ਪਿੱਛੇ ਕੇਸ ਵੀ ਸਾਡੇ ਨਾਲੋਂ ਘੱਟ ਨੇ, ਮੌਤਾਂ ਵੀ ਸਾਡੇ ਨਾਲੋਂ ਘੱਟ ਨੇ, ਔਰ ਬਹੁਤ ਜ਼ਿਆਦਾ ਘੱਟ ਨੇ ਆ ਪਾਕਿਸਤਾਨ ਬੰਗਲਾਦੇਸ਼ ਇਹਨਾਂ 'ਚ ਸਾਡੇ ਨਾਲੋਂ 40% ਮੌਤਾਂ ਨੇ 10 ਲੱਖ ਦੇ ਪਿੱਛੇ, ਅਤੇ ਉਹਨਾਂ ਨੇ ਬਹੁਤਿਆਂ ਨੇ ਉਨੇ ਜ਼ਿਆਦਾ ਲੰਬੇ ਉਨੇ ਸਟ੍ਰਿੰਜੈਂਟ ਕੋਈ ਲੋਕਡਾਊਨ ਵੀ ਨਹੀਂ ਲਾਏ, ਉਨੇ ਸਟ੍ਰਿੰਜੈਂਟ ਮੀਜ਼ਰਸ ਵੀ ਨਹੀਂ ਵਰਤੀਆਂ। ਪਾਕਿਸਤਾਨ ਤਾਂ ਕਹੀ ਦਿੱਤਾ ਸੀ ਇਹਨੇ ਇਮਰਾਨ ਖਾਨ ਨੇ ਵੀ ਮੈਂ ਆਪਦਾ ਅਰਥਚਾਰਾ ਨਹੀਂ ਖਰਾਬ ਕਰਨਾ, ਦੇਖੀ ਜੋ ਜੋ ਹੁੰਦਾ। ਵਰਮਾ ਨੇ ਵੀ ਐਡਾ ਵੱਡਾ ਲੋਕਡਾਊਨ ਨਹੀਂ ਲਾਇਆ, ਲੰਕਾ ਨੇ ਵੀ ਬਹੁਤ ਛੋਟਾ ਲਾਇਆ, ਨੇਪਾਲ ਦਾ ਹੁਣ ਥੋੜ੍ਹੇ ਕੇਸ ਕੇਸ ਬਹੁਤ ਥੋੜ੍ਹੇ ਸੀਗੇ, ਭੂਟਾਨ ਦੇ ਵਿੱਚ 1 ਵੀ ਡੈਥ ਨਹੀਂ ਹੋਈ ਸੀ, ਹੁਣ ਹੋਈਆਂ ਨੇ ਥੋੜ੍ਹੀਆਂ। ਇਹ ਜਿਹੜਾ ਸਾਡੇ ਆਪਦਾ ਅਫਗਾਨਿਸਤਾਨ ਜਿਹੜਾ ਜਮਾਂ ਹੀ ਰੁੜਿਆ ਹੋਇਆ ਮੁਲਕ ਹੈ, ਉਹਦੇ 'ਚ ਵੀ ਸਾਡੇ ਨਾਲ ਪ੍ਰਤੀ ਮਿਲੀਅਨ ਕੇਸ ਵੀ ਘੱਟ ਨੇ, ਮੌਤ ਵੀ ਘੱਟ ਹੈ, ਬਹੁਤ ਘੱਟ ਹੈ। ਸੋ ਸਾਨੂੰ ਜਦ ਅਸੀਂ ਸਿੰਗਾਪੁਰ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਬਰਮਾ ਦੇ ਵਿੱਚ, ਮਿਆਨਮਾਰ ਜਿਹਨੂੰ ਕਹਿੰਦੇ ਹਾਂ, ਜੇ ਅਸੀਂ ਸਾਰਾ ਕੁਛ ਦੇਖਦੇ ਹਾਂ, ਤਾਇਵਾਨ ਜਿਹੜਾ ਕਿ ਚੀਨ ਦੀ ਜੜ 'ਤੇ ਬੈਠਾ, ਉਹਦੇ ਤਾਂ ਜ਼ਿਆਦਾ ਕੇਸ ਹੋ ਜਾਣੇ ਚਾਹੀਦੇ ਸੀ। ਸੋ ਜੇ ਅਸੀਂ ਆਪਾਂ ਦੇਖੀਏ ਇਹਨਾਂ ਸਾਰੀਆਂ ਗੱਲਾਂ ਨੂੰ, ਅਸੀਂ ਕੋਸ਼ਿਸ਼ ਕਿਸੇ ਨੂੰ ਲੈ ਕੇ ਜਾਂਦੇ ਹਾਂ ਜਾਣ ਕੇ, ਕਿਉਂਕਿ ਜਿਹੜੇ ਜ਼ਿਆਦਾ ਡੈਥ ਹੋਈ, ਜ਼ਿਆਦਾ ਕੇਸ ਹੋਏ ਨੇ, ਉਹ ਵਾਈਟ ਰੇਸਿਸ ਵਾਲੇ ਮੁਲਕ ਨੇ ਬਹੁਤੇ। ਜਿਹੜੇ ਬਲੈਕ ਰੇਸਿਸ ਵਾਲੇ ਕੇਸ ਮੁਲਕ ਨੇ ਉਹਨਾਂ 'ਚ ਮੌਤਾਂ ਘੱਟ ਹੋਈਆਂ ਨੇ, ਅਤੇ ਬਲੈਕ ਰੇਸਿਸ ਦੇ ਵਿੱਚ ਬ੍ਰਾਜ਼ੀਲ ਨੂੰ ਛੱਡ ਕੇ ਅਸੀਂ ਸਾਰਿਆਂ ਤੋਂ ਵੀ ਉੱਪਰ ਤਕਰੀਬਨ, ਠੀਕ ਠੀਕ ਪ੍ਰਤੀ ਮਿਲੀਅਨ ਦੇ ਹਿਸਾਬ ਨਾਲ। ਸੋ ਸਾਨੂੰ ਇਹ ਗੱਲ ਤਾਂ ਸੋਚਣਾ ਚਾਹੀਦਾ, ਇਹਦਾ ਮਤਲਬ ਸਾਡੇ ਜਿਹੜੇ ਬਲੈਕ ਰੇਸਿਸ ਨੇ, ਕਿਉਂਕਿ ਇੱਥੇ ਮਲੇਰੀਆ ਬਹੁਤ ਹੁੰਦਾ, ਮਲੇਰੀਆ ਨਹੀਂ ਕਿਤੇ ਨਾ ਕਿਤੇ ਐਂ ਸਾਇੰਟੀਫਿਕਲੀ ਪ੍ਰੂਵ ਨਹੀਂ ਹੋਇਆ, ਇਹ ਲੱਗਦਾ ਵੀ ਕਿਤੇ ਨਾ ਕਿਤੇ ਕ੍ਰੋਸ ਇਮਿਊਨਿਟੀ ਹੈ। ਠੀਕ ਠੀਕ ਡਾਕਟਰ ਸਾਹਿਬ, ਇਸ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ, ਅਸੀਂ ਆਪਣੇ ਦਰਸ਼ਕਾਂ ਦਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।